ਸਵਾਗਤ ਕਰਦਾ ਹਾਂ ਵੀਰਾਂ ਤੇ ਭੈਣਾਂ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਅਤੇ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਜਿਹਦੇ ਵਿੱਚ 10ਵੀਂ 12ਵੀਂ ਤੇ ਗ੍ਰੈਜੂਏਸ਼ਨ ਵਾਲਿਆਂ ਲਈ ਪੰਜਾਬ ਦੇ ਵਿੱਚ ਨਵੀਆਂ ਭਰਤੀਆਂ ਜਿਹੜੀਆਂ ਨੇ ਆ ਚੁੱਕੀਆਂ ਨੇ ਜੀ ਡਾਇਰੈਕਟ ਭਰਤੀ ਹੋਊਗੀ ਕੋਈ ਟੈਸਟ ਜਾਂ ਪੇਪਰ ਤੁਹਾਡਾ ਨਹੀਂ ਹੋਏਗਾ ਜੀ ਔਰ ਇਹਦੇ ਵਿੱਚ ਪੂਰੇ ਪੰਜਾਬ ਤੋਂ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਇਹਦੇ ਵਿੱਚ ਬਹੁਤ ਵਧੀਆ ਜਿਹੜੀਆਂ ਡੋکریاں ਆਉਣੇ ਉਹ ਨਿਕਲ ਕੇ ਆ ਚੁੱਕੀਆਂ ਨੇ ਜੀ ਜਿਹੜੇ ਵੀ 10ਵੀਂ 12ਵੀਂ 8ਵੀਂ ਪਾਸ ਮੇਰੇ ਵੀਰ ਭਰਾ ਨੇ ਉਹ ਸਾਰੇ ਐਲੀਜੀਬਲ ਹੋਣ ਵਾਲੇ ਨੇ ਤੇ ਮੈਕਸਿਮਮ 55 ਸਾਲ ਦੀ ਉਮਰਤ ਦੇ ਕੈਂਡੀਡੇਟ ਲਈ एलिजिबल ਨੇ ਅਪਲਾਈ ਕਰ ਸਕਦੇ ਨੇ ਤੇ ਮੈਂ ਤੁਹਾਨੂੰ ਦੱਸਾਂਗਾ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਤੇ ਅਗਰ ਪਹਿਲੀ ਵਾਰੀ ਸਾਡੇ ਚੈਨਲ ਤੇ ਆ ਰਹੇ ਹੋ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਸਰ ਪਹੁੰਚ ਸਕੇ ਤੇ ਤੁਸੀਂ ਉਹਨੂੰ ਸਮਾਂ ਰਹਿੰਦੇ ਅਪਲਾਈ ਵੀ ਕਰ ਸਕੋ ਤੇ ਨਾਲ ਦੀ ਨਾਲ ਦੱਸਣਾ ਚਾਹਾਂਗਾ ਇਸ ਤੋਂ ਇਲਾਵਾ ਹੋਰ ਕਈ ਜਿਹੜੀਆਂ ਨੇ ਨਵੀਆਂ ਪੋਸਟਾਂ ਨਿਕਲ ਕੇ ਪੰਜਾਬ ਦੇ ਵਿੱਚ ਆਈਆਂ ਜਿਨ੍ਹਾਂ ਨੂੰ ਮੈਂ ਇੱਕ ਵੀਡੀਓ ਦੇ ਰੂਪ ਵਿੱਚ ਆਪਣੇ ਚੈਨਲ ਤੇ ਪਾ ਚੁੱਕੇ ਹਾਂ ਜੀ ਜਾ ਕੇ ਜਲਦੀ ਨਾਲ ਚੈੱਕ ਕਰ ਲਵੋ ਤੇ ਉਹਨੂੰ ਚੈੱਕ ਕਰਕੇ ਅਪਲਾਈ ਕਰ ਲਵੋ ਤੇ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਣੀ ਹੈ ਜੀ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਪੋਸਟਾਂ ਆਊਟ ਹੋਈਆਂ ਨੇ ਸਭ ਤੋਂ ਪਹਿਲੀ ਜਿਹੜੀ ਪੋਸਟ ਹੈ ਜੀ ਅਸਿਸਟੈਂਟ ਮੈਨੇਜਰ ਦੀ ਹੈ ਇੱਕ ਪੋਸਟ ਜਿਹੜੀ ਹੈ ਆਊਟ ਹੋਈ ਹੈ ਜੀ ਮਿਨਿਮਲ ਕੁਆਲਿਫਿਕੇਸ਼ਨ ਤੁਹਾਡੀ 12th ਕਲਾਸ ਹੈ ਤੁਹਾਨੂੰ ਕਮਰਸ ਅਕਾਊਂਟ ਦੀ ਨੌਲੇਜ ਹੈ ਐਮ ਐਸ ਐਕਸਲ ਯੂਜ਼ ਕਰਨਾ ਆਉਂਦਾ ਹੈ ਤੇ ਤੁਸੀਂ ਜਲੰਧਰ ਜਾਂ ਨਵਾਂ ਸ਼ਹਿਰ ਦੇ ਹੈਗੇ ਹੋ ਔਰ ਤੁਹਾਡੀ ਏਜ ਜਿਹੜੀ 55 ਸਾਲ ਤੋਂ ਉੱਪਰ ਨਹੀਂ ਹੈ ਤਾਂ ਤੁਸੀਂ ਇਹਦੇ ਲਈ ਜਿਹੜੇ ਐਲੀਜੀਬਲ ਹੋ ਤੇ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਨੈਕਸਟ ਅਸੀਂ ਗੱਲ ਕਰੀਏ ਅਗਲੀ ਪੋਸਟ ਦੀ ਉਹ ਹੈਗੀ ਹੈ ਜੀ ਯੂਡੀਸੀ ਕਲਰਕ ਦੀ ਜਿਹਦੇ ਵਿੱਚ ਇੱਕ ਪੋਸਟ ਹੈਗੀ ਹੈ 12ਵੀਂ ਜਿਨ੍ਹਾਂ ਨੂੰ 12ਵੀਂ ਕਲਾਸ ਜਿਨ੍ਹਾਂ ਨੇ ਕੀਤੀ ਹੋਈ ਹੈ ਪਲੱਸ ਉਹਨਾਂ ਨੂੰ ਕਮਰਸ ਦੇ ਵਿੱਚ ਅਕਾਊਂਟ ਦੀ ਨੌਲੇਜ ਹੈਗੀ ਹੈ ਕੰਪਿਊਟਰ ਐਮ ਐਸ ਐਕਸਲ ਜਿਹੜਾ ਯੂਜ਼ ਕਰਨਾ ਆਉਂਦਾ ਹੈ ਔਰ ਜਲੰਧਰ ਨਵਾਂ ਸ਼ਹਿਰ ਦੇ ਏਰੀਆ ਦੇ ਹੈਗੇ ਨੇ ਔਰ 55 ਸਾਲ ਤੋਂ ਉਮਰ ਜਿਹੜੀ ਉਹ ਘੱਟ ਹੈ ਤਾਂ ਉਹ ਐਲੀਜੀਬਲ ਨੇ ਤੇ ਇਹਨਾਂ ਇਸ ਪੋਸਟ ਦੇ ਲਈ ਜਿਹੜੀ ਹੈ ਉਹ ਅਪਲਾਈ ਕਰ ਸਕਦੇ ਨੇ ਜੀ ਇਹਦੇ ਵਿੱਚ ਕੁੜੀਆਂ ਮੁੰਡੇ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਕੋਈ ਬਾਉਂਡੇਸ਼ਨ ਨਹੀਂ ਹੈ ਜੀ ਨੈਕਸਟ ਅਗਰ ਅਸੀਂ ਗੱਲ ਕਰੀਏ ਸਟੋਰ ਕੀਪਰ ਦੀ ਇੱਕ ਪੋਸਟ ਹੈ 12ਵੀਂ ਕਲਾਸ ਤੁਸੀਂ ਕੀਤੀ ਹੋਈ ਹੈ ਤੁਹਾਨੂੰ ਅਕਾਊਂਟਸ ਦੀ ਨੌਲੇਜ ਹੈਗੀ ਹੈ ਔਰ ਐਕਸਲ ਯੂਜ਼ ਕਰਨੀ ਆਉਂਦੀ ਹੈ ਤੁਸੀਂ ਜਲੰਧਰ ਔਰ ਨਵਾਂ ਸ਼ਹਿਰ ਦੇ ਏਰੀਆ ਦੇ ਹੋ ਤਾਂ ਤੁਹਾਡੀ ਉਮਰ ਜਿਹੜੀ 55 ਸਾਲ ਤੋਂ ਵੱਧ ਨਹੀਂ ਹੈ ਤਾਂ ਤੁਸੀਂ ਇਹਦੇ ਲਈ ਵੀ ਐਲੀਜੀਬਲ ਹੋ ਰੈਪਲਾਈ ਕਰ ਸਕਦੇ ਹੋ ਜੀ ਨੈਕਸਟ ਹੈਗੀ ਹੈ ਜੀ ਬਿਲਿੰਗ ਕਲਰਕ ਦੀ ਮਤਲਬ ਤੁਹਾਡੀ ਬਿਲਿੰਗ ਤੇ ਜੌਬ ਹੋਏਗੀ ਇਸ ਦੇ ਵਿੱਚ 4 ਪੋਸਟਾਂ ਟੋਟਲ ਨੇ ਤੁਸੀਂ 12ਵੀਂ ਪਾਸ ਹੋ ਔਰ ਤੁਹਾਨੂੰ ਕਮਰਸ ਦੇ ਵਿੱਚ ਅਕਾਊਂਟ ਦੀ ਨੌਲੇਜ ਔਰ ਕੰਪਿਊਟਰ ਦੇ ਵਿੱਚ ਐਮ ਐਕਸ ਐਕਸਲ ਚਲਾਉਣਾ ਆਂਦਾ ਹੈ ਤੁਸੀਂ ਜਲੰਧਰ ਨਵਾਂ ਸ਼ਹਿਰ ਏਰੀਆ ਦੇ 55 ਸਾਲ ਉਮਰ ਆ ਤਾਂ ਤੁਸੀਂ ਇਹਦੇ ਲਈ ਵੀ ਐਲੀਜੀਬਲ ਹੋ ਨੈਕਸਟ ਹੈਗੀ ਹੈ ਜੀ ਇਹਦੇ ਵਿੱਚ ਤੁਹਾਡੀ ਕੇਅਰ ਟੇਕਰ ਦੀ ਕੇਅਰ ਟੇਕਰ ਦੇ ਵਿੱਚ ਤਿੰਨ ਪੋਸਟਾਂ ਨੇ ਮਿਨੀਮਮ 8ਵੀਂ ਪਾਸ ਹੋ ਤੁਸੀਂ ਤੇ ਤੁਹਾਡੀ ਉਮਰ 45 ਸਾਲ ਤੋਂ ਵੱਧ ਨਹੀਂ ਹੈ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ ਹੈਲਪਰ ਦੀਆਂ ਦੋ ਪੋਸਟਾਂ ਨੇ ਜੀ ਮਿਨੀਮਮ 8ਵੀਂ ਕਲਾਸ ਤੁਹਾਡੀ ਜਿਹੜੀ ਹੈ ਅਗਰ ਤੁਸੀਂ ਪਾਸ ਹੋ ਤੇ ਤੁਹਾਡੀ ਉਮਰ 45 ਸਾਲ ਤੋਂ ਉੱਪਰ ਨਹੀਂ ਹੈ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ ਤੇ ਅਪਲਾਈ ਕਰ ਸਕਦੇ ਹੋ ਜੀ ਨੈਕਸਟ ਹੁਣ ਤੁਹਾਨੂੰ ਦੱਸ ਦੇਣਾ ਹੈ ਇਹ ਜਿਹੜੀਆਂ ਪੋਸਟਾਂ ਆਊਟ ਹੋਈਆਂ ਨੇ ਜੀ ਇਹ ਹੋਈਆਂ ਸਭ ਸਮ ਸੁਬੇਦਾਰ ਜੁਕੇਂਦਰ ਸਿੰਘ ਪੀਵੀਸੀ ای ایس ਐਮ ਕੰਟੇਨ ਨਵਾਂ ਸ਼ਹਿਰ ਦੇ ਵਿੱਚ ਇਸ ਦੇ ਵਿੱਚ ਜਿਹੜੇ ਵੀ ਕੈਂਡੀਡੇਟ ਹੈਗੇ ਨੇ ਸਿਵਿਲੀਅਨ ਨੋਰਮਲ ਉਹ ਇਹਨਾਂ ਪੋਸਟਾਂ ਲਈ ਜਿਹੜੇ ਅਪਰੇਡ ਨੇ ਅਪੁਆਇੰਟਮੈਂਟ ਲੈ ਸਕਦੇ ਨੇ ਕੰਟਰੈਕਚੁਅਲ ਬੇਸਿਸ ਤੇ ਹੋਏਗੀ ਜਿਸ ਦੇ ਵਿੱਚ 350 ਦਿਨ ਦਾ ਜਿਹੜਾ ਕੰਟਰੈਕਟ ਹੋਏਗਾ ਜਿਹੜਾ ਕਿ ਰੀਨਿਊ ਵੀ ਹੋ ਸਕਦਾ ਹੈ ਇਸ ਦੇ ਵਿੱਚ ਜਿਹੜੇ ਨੇ ਉਹ ਕੈਂਡੀਡੇਟ ਜਿਹੜੇ ਉਹਨਾਂ ਨੂੰ ਰਿਕੁਆਇਰਡ ਐਪਲੀਕੇਸ਼ਨ ਜਿਹੜੇ ਐਪਲੀਕੇਸ਼ਨ ਦੇ ਉੱਪਰ ਆਪਣੀ ਡਿਟੇਲ ਫਿਲ ਕਰਨੀ ਹੈ ਆਪਣੇ ਬਾਇਓ ਡਾਟਾ पूरा और प्लस अपने सर्टिफिकेट ना लगाने चाहे एक्सपीरियंस जाए डॉक्यूमेंट्स ने वो सारे फिल करके इन्हें दी गए एड्रैस जो कि इन्होंने मैनशन किया देख पा रहे हो द कमांडिंग ऑफिसर वन ट्वेंटी नाइन सैटा रजिस्ट्रेस पिन नाइन टू सैवन वन टू नाइन ਠੀਕ ਹੈ ਜੀ ਔਰ APO ਬਾਈਕਾਤੀ ਮਾਰਚ 2021 ਜਿਹੜੀ ਤੁਸੀਂ ਸੈਂਡ ਕਰ ਦੇਣਾ ਹੈ ਬਾਈਕ ਕੂਰੀਅਰ ਵੀ ਭੇਜ ਸਕਦੇ ਹੋ ਤੁਸੀਂ ਖੁਦ ਜਾ ਕੇ ਵੀ ਜਿਹੜੇ ਸਬਮਿਟ ਕਰਵਾ ਸਕਦੇ ਹੋ ਔਰ ਉਹਨਾਂ ਨੂੰ ਜਿਹੜਾ ਇੰਟਰਵਿਊ ਦੇ ਲਈ ਜਿਹੜਾ ਉਹ ਬੁਲਾਇਆ ਜਾਏਗਾ ਤਾਂ ਇੰਟਰਵਿਊ ਦੇ ਵਿੱਚ ਅਗਰ ਤੁਸੀਂ ਦਿੱਤੀ ਗਈਆਂ ਪੋਸਟਾ ਦੇ ਅਕੋਰਡਿੰਗਲੀ ਨੌਲੇਜ ਰੱਖਦੇ ਹੋ ਉਹਦੇ ਬਾਰੇ ਹੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਤੇ ਨਾਰਮਲ ਇੰਟਰਵਿਊ ਕ੍ਰੈਕ ਕਰਕੇ ਤੁਸੀਂ ਆਪਣੀ ਪੋਸਟ ਜਿਹੜੀ ਉਹ ਪੱਕੀ ਕਰ ਸਕਦੇ ਹੋ ਜੀ ਸੋ ਇਹ ਪੋਸਟਾਂ ਜਿਹੜੀਆਂ ਰੀਨਿਊਅਲ ਬੇਸ ਤੇ ਵੀ ਹੁੰਦੀਆਂ ਨੇ ਰੀਨਿਊ ਵੀ ਹੋ ਸਕਦੀਆਂ ਨੇ ਤੁਹਾਡੀ ਪਰਫਾਰਮੈਂਸ ਦੇ ਪਰ ਫਿਲਹਾਲ ਜਿਹੜੀ ਕੰਟਰੈਕਟ ਹੋਏਗਾ 1 ਸਾਲ ਦਾ ਹੋਏਗਾ ਜੀ ਸੋ ਇਹਦੀ ਸੈਲਰੀ ਤੇ ਬਾਕੀ ਡਿਟੇਲ ਜਿਹੜੀ ਇਹਨੇ ਤੁਹਾਨੂੰ ਇੰਟਰਵਿਊ ਦੇ ਦੌਰਾਨ ਹੀ ਦੱਸੀਆਂ ਜਾਣਗੀਆਂ ਤੇ ਪੱਕੀਆਂ ਕੀਤੀਆਂ ਜਾਣਗੀਆਂ ਸੋ ਤੁਸੀਂ ਜਿਹੜਾ ਅਗਰ ਇਹਦੇ ਲਈ ਐਲੀਜੀਬਲ ਹੋ ਔਰ ਤੁਸੀਂ ਇਹ ਜਿਹੜੀ ਐਜੂਕੇਸ਼ਨ ਜਿਹੜੀ ਹੈ ਰਿਕੁਆਇਰਡ ਅਗਰ ਤੁਸੀਂ ਫulfill ਕਰਦੇ ਹੋ ਤੇ ਜਲਦੀ ਨਾਲ ਜਾ ਕੇ ਅਪਲਾਈ ਕਰ ਲਵੋ ਜੀ ਅਗਰ ਕੋਈ ਦਿੱਕਤ ਪਰੇਸ਼ਾਨੀ ਆ ਤੁਹਾਨੂੰ ਕੁਝ ਵੀ ਪ੍ਰੋਬਲਮ ਆਂਦੀ ਆ ਤੁਹਾਨੂੰ ਸਮਝ ਨਹੀਂ ਆਂਦੀ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਨੂੰ ਰਿਪਲਾਈ ਜ਼ਰੂਰ ਕਰਾਂਗੇ ਜੀ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਹੁਣ ਮੈਂ ਤੁਹਾਨੂੰ ਮਿਲੂੰਗਾ ਨਵੇਂ ਨੋ ਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ